ਸਲੋ ਜੀ ਪਰਿਵਾਰ ਵੀ ਛੋਟਾ ਗੁਰਦੁਆਰਾ ਸਾਹਿਬ ਲੰਗਰ ਛਕਣ ਤੋਂ ਬਾਅਦ ਮੈਂ ਹੋ ਗਿਆ ਸੀ ਫ੍ਰੀ ਐਂਡ ਉੱਥੋਂ ਦੀ ਨਾ ਹੁਣ 8 ਕਿਲੋਮੀਟਰ ਦੂਰ ਪੈਂਦਾ ਗੁਰਦੁਆਰਾ ਕੁਮਾਮ ਮਾਸ਼ਕੀ ਜੀ ਦਾ, ਜਿਹੜਾ ਕਿ ਪਿੰਡ ਪੈਂਦਾ ਚੱਕ ਡੇਰਾ ਜ਼ਿਲ੍ਹਾ ਰੋਪੜ ਦੇ ਵਿੱਚ ਹੀ 8 ਕਿਲੋਮੀਟਰ ਅੱਗੇ ਗੁਰਦੁਆਰਾ ਸਾਹਿਬ ਹੈਗਾ। ਉਹ ਗੁਰਦੁਆਰਾ ਸਾਹਿਬ ਅਸੀਂ ਜਾ ਰਹੇ ਹਾਂ। ਗੁਰਦੁਆਰਾ ਸਾਹਿਬ ਤੁਸੀਂ ਸ਼ਾਇਦ ਦੇਖ ਰਹੇ ਹੋਵੋਗੇ, ਤੁਹਾਨੂੰ ਹਲਕਾ ਜਿਹਾ ਦਿਖਦਾ ਪਿਆ ਹੋਣਾ, ਅਤੇ ਗੁਰਦੁਆਰਾ ਸਾਹਿਬ ਪਹੁੰਚ ਕੇ ਫਿਰ ਅਸੀਂ ਤੁਹਾਨੂੰ ਇਤਿਹਾਸ ਸਾਰਾ ਉੱਥੇ ਦਾ ਦੱਸ ਆ ਰਿਹਾ ਜੀ। ਗੁਰਦੁਆਰਾ ਕੁਮਾਮ ਮਾਸ਼ਕੀ ਜੀ ਦਾ, ਅਤੇ ਇੱਥੇ ਤੁਸੀਂ ਪਹੁੰਚਣਾ ਕਿਵੇਂ? ਇਹ ਗੁਰਦੁਆਰਾ ਸਾਹਿਬ ਰੋਪੜ ਤੋਂ ਪੈਂਦਾ ਜੀ 13 ਕਿਲੋਮੀਟਰ। ਤੁਸੀਂ ਰੋਪੜ ਤੋਂ ਆਪਣੀ ਕਨਵੈਂਸ ਬੁੱਕ ਕਰਕੇ ਆ ਸਕਦੇ ਹੋ। ਵੈਸੇ ਸਿੱਧੀ ਇੱਥੇ ਦੀ ਕੋਈ ਕਨਵੈਂਸ ਨਹੀਂ ਹੈਗੀ, ਕਿਉਂਕਿ ਛੋਟਾ ਜਿਹਾ ਪਿੰਡ ਹੈ। ਪਿੰਡ ਤੋਂ 1/2 ਕਿਲੋਮੀਟਰ ਅੱਗੇ ਆ ਕੇ ਗੁਰਦੁਆਰਾ ਸਾਹਿਬ ਹੈਗਾ। ਮੈਂ ਜਦੋਂ ਪਰਿਵਾਰ ਵੀ ਛੋਟਾ ਸਾਹਿਬ ਗੁਰਦੁਆਰਾ ਸਾਹਿਬ ਸੀਗਾ, ਅਤੇ ਉੱਥੋਂ ਦੀ ਮੈਂ ਬਾਹਰ ਨਿਕਲਿਆ, ਉਹ ਕੁਦਰਤੀ ਮੈਨੂੰ ਕਹਿੰਦੇ ਨੇ ਕਿ ਰੱਬ ਕੋਈ ਨਾ ਕੋਈ ਫਰਿਸ਼ਤਾ ਭੇਜਦਾ। ਇੱਕ ਵੀਰ ਜੀ ਆਏ, ਉਹਨਾਂ ਨੇ ਬਿਠਾਇਆ ਮੈਨੂੰ, ਉਹਨਾਂ ਨੇ ਇੱਥੇ ਲਾ ਕੇ ਛੱਡਤਾ 1/2 ਕਿਲੋਮੀਟਰ ਪਿੱਛੇ। ਉੱਥੋਂ ਦੀ ਮੈਂ ਪੈਦਲ ਆ ਗਿਆ ਸੀ, ਅਤੇ ਹੁਣ ਆਪਾਂ ਚੱਲਦੇ ਹਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ, ਅਤੇ ਨਾਲ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ ਜੀ। ਜਦੋਂ ਪਰਿਵਾਰ ਵਿਛੋੜਾ ਗੁਰਦੁਆਰਾ ਸਾਹਿਬ, ਸਾਰਾ ਪਰਿਵਾਰ ਵਿਛੜ ਗਿਆ ਸੀ। ਵੱਡੇ ਸਾਹਿਬਜ਼ਾਦੇ ਚਲੇ ਗਏ ਸੀ ਚਮਕੌਰ ਸਾਹਿਬ ਵਾਲੀ ਸਾਈਡ ਗੁਰੂ ਗੋਬਿੰਦ ਸਿੰਘ ਜੀ ਨਾਲ, ਛੋਟੇ ਸਾਹਿਬਜ਼ਾਦੇ ਆ ਗਏ ਸੀਗੇ ਜਿਸ ਟਾਈਮ ਮਾਤਾ ਗੁਜਰ ਜੀ ਨਾਲ, ਮਾਤਾ ਗੁਜਰ ਕੌਰ ਜੀ ਨਾਲ ਕੁਮਾਮ ਮਾਸ਼ਕੀ ਜੀ ਦੇ ਰਾਤ ਠਹਿਰੇ ਸੀਗੇ। ਜਿੱਥੇ ਉਹ ਰਾਤ ਠਹਿਰੇ ਸੀ ਉਸੇ ਗੁਰਦੁਆਰਾ ਸਾਹਿਬ ਦੇ ਵਿੱਚ ਅਸੀਂ ਤੁਹਾਨੂੰ ਦਰਸ਼ਨ ਕਰਾਉਣ ਲਈ ਆਏ ਹਾਂ। ਆਹ ਗੁਰਦੁਆਰਾ ਸਾਹਿਬ ਦਾ ਇਤਿਹਾਸ ਹੈ ਜੀ। ਗੁਰਦੁਆਰਾ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦੇ ਯਾਦਗਾਰ ਛੰਨ ਬਾਬਾ ਕੁਮਾਮ ਮਾਸ਼ਕੀ ਜੀ, ਇਸ ਸਥਾਨ 'ਤੇ ਦਾਦੀ ਮਾਂ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਨੇ ਸਰਸਾ ਨਦੀ ਦੇ ਕਿਨਾਰੇ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਤੋਂ ਆਪਣਾ ਪਰਿਵਾਰ ਨਾਲੋਂ ਵਿਛੜ ਕੇ 7/21/1704 ਈਸਵੀ ਦੀ ਇੱਕ ਰਾਤ ਬੇੜੀ ਦੇ ਮਲਾਹਾ ਬਾਬਾ ਕੁਮਾਮ ਮਾਸ਼ਕੀ ਜੀ ਦੀ ਝੋਪੜੀ 'ਚ ਬਤੀਤ ਕੀਤੀ ਸੀ। ਪਿੰਡ ਅਵਾਨਕੋਟ 'ਚ ਵਸਦੀ ਮਾਈ ਲਕਸ਼ਮੀ ਨਾਥ ਦਾ ਵਿਧਵਾ ਬ੍ਰਾਹਮਣੀ ਨੇ ਦਾਦੀ ਮਾਂ ਅਤੇ ਨਿੱਕੀਆਂ ਜਿੰਦਾਂ ਨੂੰ ਪ੍ਰਸ਼ਾਦਾ ਛਕਾਉਣ ਦੀ ਸੇਵਾ ਕੀਤੀ। ਗੰਗੂ ਪਾਪੀ ਇੱਥੇ ਹੀ ਆ ਕੇ ਮਿਲਿਆ ਸੀ ਅਤੇ ਉਹ ਇੱਥੋਂ ਇਹਨਾਂ ਤਿੰਨਾਂ ਰੱਬੀ ਰੂਹਾਂ ਨੂੰ ਆਪਣੇ ਨਾਲ ਲੈ ਗਿਆ। ਖੋਜ ਅਤੇ ਸਥਾਪਨਾ, ਇਸ ਸਥਾਨ ਦੀ ਖੋਜ ਗੁਰੂ ਪਾਤਸ਼ਾਹ ਜੀ ਦੇ ਕਿਰਪਾ ਸਦਕਾ ਸਰਦਾਰ ਸੁਰਿੰਦਰ ਸਿੰਘ ਜੀ ਖਾਲਸਾ ਪਿੰਡ ਖਜੂਰਲਾ ਤਹਿਸੀਲ ਫਗਵਾੜਾ ਪਾਸੋਂ 2004 ਈਸਵੀ ਵਿੱਚ ਕਰਵਾਈ। 12 ਜੁਲਾਈ 2007 ਦਿਨ ਵੀਰਵਾਰ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲੀ ਵਾਰ ਪ੍ਰਕਾਸ਼ ਕਰਕੇ ਗੁਰੂ ਅਸਥਾਨ ਕਾਇਮ ਕੀਤਾ ਗਿਆ ਅਤੇ 16 ਜੁਲਾਈ 2007 ਨੂੰ ਸਾਵਣ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਮਨਾਇਆ ਗਿਆ, ਜੋ ਅੱਜ ਵੀ ਸਥਾਪਨਾ ਦਿਵਸ ਵਜੋਂ ਮਨਾਇਆ ਜਾਂਦਾ ਹੈ। 6/7/8 ਨੂੰ ਸਾਲਾਨਾ ਸ਼ਹੀਦੀ ਸਮਾਗਮ ਮਨਾਇਆ ਜਾਂਦਾ ਹੈ ਅਤੇ ਇਸ ਦਾ ਪ੍ਰਬੰਧ ਇਲਾਕੇ ਦੀ ਚੁਣੀ ਹੋਈ ਕਮੇਟੀ ਕਰਦੀ ਹੈ। ਇਸ ਅਸਥਾਨ ਦੀ ਉਗਰਾਹੀ ਕਿਤੇ ਵੀ ਨਹੀਂ ਕੀਤੀ ਜਾਂਦੀ। ਸ਼ਹੀਦੀ ਪੈਂਡੇ ਦੀਆਂ 6 ਰਾਤਾਂ 7 ਇਸ ਅਸਥਾਨ 'ਤੇ, 8 ਪਿੰਡ ਕਾਈ ਨੋਰ, 9 ਪਿੰਡ ਸਹੇੜੀ, 10 ਕੋਤਵਾਲੀ ਸਾਹਿਬ ਮੋਰਿੰਡਾ, 11-12 ਠੰਡਾ ਬੁਰਜ, 13 ਦੇ ਦਿਨ ਨੂੰ ਦਾਦੀ ਮਾਂ ਅਤੇ ਪੋਤਿਆਂ ਦੇ ਦੇਸ਼ ਧਰਮ ਲਈ ਆਪਾ ਵਾਰ ਦਿੱਤਾ। ਇਹ ਤਾਂ ਗੁਰਦੁਆਰਾ ਸਾਹਿਬ ਦਾ ਇਤਿਹਾਸ ਹੈ ਜੀ। ਆਓ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਹੁਣ ਆਪਾਂ ਕਰਾਉਂਦੇ ਹਾਂ ਦਰਸ਼ਨ। ਲੋਈ ਸੰਗਤ ਜੀ ਕਰੋ ਦਰਸ਼ਨ, ਆਓ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ ਹੁਣ ਗੁਰਦੁਆਰਾ ਸਾਹਿਬ ਦੇ। ਆਹ ਦਰਬਾਰ ਸਾਹਿਬ ਹੈ ਜੀ, ਦਰਸ਼ਨ ਕਰੋ ਤੁਸੀਂ। ਇੱਥੇ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੇ ਰਾਤ ਕੱਟੀ ਸੀਗੀ, ਵਿਸ਼ਰਾਮ ਕੀਤਾ ਸੀ। ਆਹ ਪੁਰਾਤਨ ਸ੍ਰੀ ਸਾਹਿਬ ਸਰਦਾਰ ਗੁਰਮੇਲ ਸਿੰਘ ਸਪੁੱਤਰ ਸਰਦਾਰ ਨਿਰਮਲ ਸਿੰਘ ਪਿੰਡ ਰੋਪੜ ਨੂੰ ਸਰਸਾ ਨਦੀ ਦੀ 20 ਡੂੰਘਾਈ 'ਚੋਂ ਪ੍ਰਾਪਤ ਹੋਈ, ਜੋ ਕਿ 13/12/2021 ਨੂੰ ਛੰਨ ਬਾਬਾ ਕੁਮਾਰ ਮਾਸ਼ਕੀ ਜੀ ਵਿਖੇ ਸੇਵਾ ਸੰਭਾਲ ਲਈ ਭੇਟ ਕੀਤੀ। ਇਸ ਗੁਰਦੁਆਰਾ ਸਾਹਿਬ ਦੇ ਵਿੱਚ ਦਿੱਤੀ ਹੋਈ ਹੈ ਜੀ ਸਰਬਲੋ ਦਾ ਬਾਟਾ, ਰੀਡ ਕਰ ਲਓ ਜੀ। ਆ ਰਿਹਾ ਜੀ ਗੁਰਦੁਆਰਾ ਸਾਹਿਬ ਕੁਮਾਮ ਮਾਸ਼ਕੀ ਜੀ ਦਾ, ਜਿੱਥੇ ਕਿ ਜਿਵੇਂ ਮੈਂ ਤੁਹਾਨੂੰ ਦੱਸ ਚੁੱਕਿਆ
ਛੋਟੇ ਸਾਹਿਬਜ਼ਾਦਿਆਂ ਨੇ ਮਾਤਾ ਗੁਜਰ ਕੌਰ ਜੀ ਨਾਲ ਰਾਤ ਬਤੀਤ ਕੀਤੀ ਸੀਗੀ। ਰਾਤ ਠਹਿਰੇ ਸੀਗੇ। ਅਤੇ ਜਦੋਂ ਤੁਸੀਂ ਗੁਰਦੁਆਰਾ ਸਾਹਿਬ ਤੋਂ ਦਰਸ਼ਨ ਕਰਕੇ ਪਿੱਛੇ ਨੂੰ ਆਉਂਦੇ ਹੋ ਨਾ, ਇੱਥੇ ਨੂੰ ਤੁਸੀਂ ਆਹ ਦੇਖੋ ਜੀ, ਜਦੋਂ ਕਿਸਾਨੀ ਮੋਰਚਾ ਚੱਲਦਾ ਪਿਆ ਸੀ 2020 'ਚ, ਉਹਨਾਂ ਨੇ ਆ ਤੁਸੀਂ ਇਹ ਲਾਗੂ ਦਿਖਾ ਦਿੰਦੇ। ਇੱਕ ਵਾਰੀ ਆਹ ਰੀਡ ਕਰਿਓ ਅਤੇ ਉਸ ਤੋਂ ਬਾਅਦ ਆਹ ਦੇਖੋ ਪੂਰੀ ਇਹ ਝੋਂਪੜੀ ਜਿਹੜੀ ਯਾਦਗਾਰ ਬਣਾਈ ਹੈ ਇਹਨਾਂ ਨੇ। ਅਤੇ ਇੱਥੇ ਇੱਕ ਦਰੱਖਤ ਵੀ ਹੈਗਾ ਜੀ, ਜਿੱਥੇ ਕੁਮਾਰ ਮਾਸ਼ਕੀ ਜੀ ਆਪਣੀ ਬਾਹਰ ਬੇੜੀ ਹੁੰਦੀ ਸੀਗੀ, ਉਹ ਬੰਨਾ ਕਰਦੇ ਸੀ, ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ। ਆ ਰਿਹਾ ਜੀ ਗੁਰਦੁਆਰਾ ਸਾਹਿਬ, ਅਤੇ ਭਾਵੇਂ ਤੁਸੀਂ ਇਹ ਬੰਨੋ ਇਸ ਪਾਸੋਂ ਸੜਕ 'ਤੇ ਹੈ ਜਾਂ ਵਿੱਚੋਂ ਗੇਟ ਤੋਂ ਨਿਕਲ ਕੇ ਆ ਜਾਓ। ਜਦੋਂ ਤੁਸੀਂ ਇੱਧਰ ਨੂੰ ਜਾਓਗੇ ਅੱਗੇ ਤੁਹਾਨੂੰ ਦਰੱਖਤ ਦਿਖੂਗਾ ਜਿੱਥੇ ਬੇੜੀ ਹੈਗੀ ਆ, ਉਹ ਤੁਹਾਨੂੰ ਦਿਖਾਉਂਦੇ ਹਾਂ, ਉਹਦੇ ਦਰਸ਼ਨ ਕਰਦੇ ਹਾਂ ਅਸੀਂ। ਮੇਰੇ ਪਿੱਛੇ ਤੁਸੀਂ ਦਰਿਆ ਦੇਖ ਰਹੇ ਹੋ ਨਾ ਜੀ, ਆਹ ਪਿੱਛੇ ਇਹ ਹੈਗਾ ਸਤਲੁਜ ਦਰਿਆ, ਜਿਹੜਾ ਕਿ ਇੱਥੇ ਥੋੜ੍ਹੇ ਜਿਹੇ ਪਿੱਛੇ ਜਾ ਕੇ ਨਾ, ਮਤਲਬ ਅੱਧਾ ਕਿਲੋਮੀਟਰ ਪਿੱਛੇ ਜਾ ਕੇ ਸਰਸਾ ਨਦੀ ਜਿਹੜੀ ਆ ਸਤਲੁਜ ਦਰਿਆ ਦੇ ਵਿੱਚ ਮਿਕਸ ਹੋ ਜਾਂਦੀ ਹੈ, ਮਿਲ ਜਾਂਦੀ ਹੈ, ਅਤੇ ਅੱਗੇ ਸਾਰਾ ਬਣ ਕੇ ਚੱਲਦਾ ਵਾ ਇੱਥੋਂ ਦੀ ਸਤਲੁਜ ਦਰਿਆ। ਸਰਸਾ ਨਦੀ ਇੱਥੇ ਤੱਕ ਹੀ ਆਉਂਦੀ ਹੈ, ਅੱਧਾ ਕਿਲੋਮੀਟਰ ਪਿੱਛੇ ਤੱਕ ਜਿੱਥੇ ਤੱਕ ਪਰਿਵਾਰ ਵਿਛੋੜਾ ਗੁਰਦੁਆਰਾ ਹੈਗਾ ਉਹਦੇ ਲੱਗ ਗਏ। ਅਤੇ ਉਸ ਤੋਂ ਬਾਅਦ ਇਹ ਸਾਰਾ ਅੱਗੇ ਜਿਹੜਾ ਹੈਗਾ ਇਹ ਸਾਰਾ ਸਤਲੁਜ ਦਰਿਆ ਜਾ ਰਿਹਾ ਜੀ ਅੱਗੇ ਨੂੰ, ਅਤੇ ਬੇੜੀ ਆਪਾਂ ਦੇਖਦੇ ਹਾਂ ਕਿਉਂਕਿ ਮੈਨੂੰ ਉੱਧਰ ਉਹਨਾਂ ਨੇ ਦੱਸਿਆ, ਕਹਿੰਦੇ ਸੜਕ ਜਾ ਰਹੀ ਹੈ, ਆਪਾਂ ਸੜਕ ਤੋਂ ਚੱਲਦੇ ਚੱਲਦੇ ਜਿੱਥੇ ਸੜਕ ਜਾਏਗੀ ਉੱਥੇ ਬੇੜੀ ਹੋਊਗੀ। ਇਸ ਸੀਗਾ ਕਹਿੰਦੇ ਇੱਥੇ ਸੜਕ ਜਾਏਗੀ ਨਾ ਉੱਥੇ ਉੱਥੇ ਚੱਲ ਜਾਓ, ਅਤੇ ਯਾਰ ਇੱਥੇ ਤਾਂ ਕੋਈ ਬੇੜੀ ਦਿਖਦੀ ਨਹੀਂ ਪਈ, ਦਰੱਖਤ ਦਿਖ ਨਹੀਂ ਰਿਹਾ ਕੋਈ। ਅੱਗੇ ਆਹ ਦੇਖੋ ਯਾਰ ਸਾਹਮਣੇ ਹੈਗਾ ਸਤਲੁਜ ਦਰਿਆ, ਪਿੱਛੋਂ ਦੀ ਆ ਕੇ ਇਹ ਉੱਥੇ ਸਾਹਮਣੇ ਤੋਂ ਆ ਕੇ ਸਤਲੁਜ ਦਰਿਆ ਦੇ ਵਿੱਚ ਸਰਸਾ ਨਦੀ ਮਿਲ ਜਾਂਦੀ ਹੈ, ਅਤੇ ਅੱਗੇ ਸਾਰਾ ਸਤਲੁਜ ਬਣ ਜਾਂਦਾ। ਸੋ ਹੁਣ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਜੀ, ਇਹ ਜਿਹੜਾ ਗੁਰਦੁਆਰਾ ਸਾਹਿਬ ਹੈ ਨਾ, ਜਿਵੇਂ ਤੁਸੀਂ ਬੋਰਡ ਦੇਖਿਆ ਸੀਗਾ ਉੱਥੇ ਬਾਹਰ ਇਤਿਹਾਸ ਪੜਿਆ ਸੀ, ਹੁਣੇ 2007 ਦੇ ਵਿੱਚ ਗੁਰਦੁਆਰਾ ਸਾਹਿਬ ਤਿਆਰ ਹੋਇਆ। ਅਤੇ ਇੱਥੇ ਜਿਹੜਾ ਚੜਾਵਾ ਚੜ੍ਹਦਾ ਨਹੀਂ, ਜਿਵੇਂ ਸੰਗਤਾਂ ਆਉਂਦੀਆਂ ਨੇ ਜਿਹੜੀਆਂ ਬਾਹਰੋਂ ਦੇਸ਼ਾਂ ਵਿਦੇਸ਼ਾਂ 'ਚੋਂ, ਜਿਹੜੇ ਉਹਨਾਂ ਦਾ ਚੜਾਵਾ ਚੜ੍ਹਦਾ ਉਹਦੇ ਨਾਲ ਹੀ ਇਹ ਗੁਰਦੁਆਰੇ ਦੀ ਕਮੇਟੀ ਜਿਹੜੀ ਬਣੀ ਹੋਈ ਹੈ, ਪਿੰਡ ਦੇ ਜਿਹੜੇ ਵੱਡੇ ਹੈਗੇ ਨੇ ਸੀਨੀਅਰ ਕਾਫੀ ਓਲਡ ਏਜ, ਉਹਨਾਂ ਨਾਲ ਜਿਹੜੀ ਕਮੇਟੀ ਬਣੀ ਹੋਈ ਹੈ, ਉਹ ਸਾਰੇ ਹੀ ਇਸ ਗੁਰਦੁਆਰਾ ਸਾਹਿਬ ਦੀ ਦੇਖ ਰੇਖ ਕਰਦੇ ਨੇ। ਸਾਰਾ ਲੰਗਰ ਦਾ ਪ੍ਰਬੰਧ, ਸਾਰਾ ਖਰਚਾ ਜਿਹੜਾ ਵੀ ਗੁਰਦੁਆਰਾ ਸਾਹਿਬ ਤਿਆਰ ਹੋ ਰਿਹਾ, ਸਾਰਾ ਸਾਡੀ ਗੁੱਲਕ ਜਿਹੜੀ ਆਪਾਂ ਗੁੱਲਕ ਦੇ ਵਿੱਚ ਚੜਾਵਾ ਪਾਉਂਦੇ ਉਹਦੇ ਤੋਂ ਹੋ ਰਿਹਾ। ਕਿਸੇ ਵੀ ਕਮੇਟੀ ਦੀ ਕੋਈ SGPC ਜਾਂ ਕਿਸੇ ਦੀ ਵੀ ਇੱਥੇ ਗੁਰਦੁਆਰੇ ਵੱਲੋਂ ਕੋਈ ਸਹਾਇਤਾ ਨਹੀਂ ਹੁੰਦੀ। ਅਤੇ ਤੁਸੀਂ ਇੱਥੇ ਆਓ ਜੀ, ਗੁਰਦੁਆਰਾ ਸਾਹਿਬ ਆ ਕੇ ਦਰਸ਼ਨ ਕਰੋ, ਇੱਥੇ ਆਪਣਾ ਤਨ ਮਨ ਧਨ ਨਾਲ ਇੱਥੇ ਸੇਵਾ ਕਰੋ। ਅਤੇ ਮੈਂ ਤੁਹਾਨੂੰ ਇਹੀ ਕਹਿਣਾ ਚਾਹਾਂਗਾ ਕਿਉਂਕਿ ਆਪਾਂ ਜਿਹੜੇ ਗੁਰਦੁਆਰੇ ਆਲਰੇਡੀ ਹੈਗੇ ਨੇ ਜੀ ਉੱਥੇ ਕਾਫੀ ਹੈਗਾ, ਬਟ ਐਜ਼ ਏ ਗੁਰਦੁਆਰਾ ਸਾਨੂੰ ਇੱਕ ਵਾਰ ਜ਼ਰੂਰ ਆਉਣਾ ਚਾਹੀਦਾ ਦਰਸ਼ਨ ਕਰਨ, ਕਿਉਂਕਿ ਇੱਥੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਨੇ ਵੀ ਇੱਕ ਰਾਤ ਵਿਸ਼ਰਾਮ ਕੀਤਾ ਸੀ। ਸੋ ਹੁਣ ਇੱਥੋਂ ਦੀ ਆਪਾਂ ਚੱਲਾਂਗੇ ਜੀ ਚਮਕੌਰ ਸਾਹਿਬ, ਗੁਰਦੁਆਰਾ ਸਾਹਿਬ ਚਮਕੌਰ ਸਾਹਿਬ ਚੱਲਦੇ ਹਾਂ ਅਸੀਂ, ਦੇਖਦੇ ਹਾਂ ਆਪਾਂ ਕਿੰਨੀ ਦੇਰ ਤੱਕ ਪਹੁੰਚਦੇ ਹਾਂ। ਚਮਕੌਰ ਸਾਹਿਬ ਪਹੁੰਚ ਕੇ ਆਪਾਂ ਅਗਲੀ ਵੀਡੀਓ ਸ਼ੂਟ ਕਰਾਂਗੇ ਜਿੱਥੇ ਵੱਡੇ ਸਾਹਿਬਜ਼ਾਦੇ ਪਹੁੰਚੇ ਸੀ। ਇੱਥੋਂ ਦੀ ਜਿਹੜਾ ਪਰਿਵਾਰ ਵਿਛੋੜਾ ਸਾਹਿਬ ਤੋਂ ਤਿੰਨ ਪਾਸੇ ਨੂੰ ਹੋਏ ਸੀ, ਇੱਕ ਪਾਸੋਂ ਦੀ ਮਾਤਾ ਸਾਹਿਬ ਦੇਵਾ ਜੀ, ਮਾਤਾ ਸਾਹਿਬ ਕੌਰ ਜੀ ਉਹ ਚਲੇ ਗਏ ਸੀ ਦਿੱਲੀ ਵਾਲੇ ਪਾਸੇ ਨੂੰ, ਛੋਟੇ ਸਾਹਿਬਜ਼ਾਦੇ ਇੱਥੇ ਆਏ ਸੀ, ਵੱਡੇ ਸਾਹਿਬਜ਼ਾਦੇ ਗਏ ਸੀ ਚਮਕੌਰ ਸਾਹਿਬ। ਸੋ ਹੁਣ ਆਪਾਂ ਚਮਕੌਰ ਸਾਹਿਬ ਚੱਲਦੇ, ਇਸ ਵੀਡੀਓ ਨੂੰ ਇੱਥੇ ਹੀ ਆਪਾਂ ਕਰਦੇ ਹਾਂ ਖਤਮ। ਸੋ ਹੁਣ ਜੇ ਤੁਸੀਂ ਇੱਥੇ ਤੱਕ ਵੀਡੀਓ ਦੇਖ ਚੁੱਕੇ ਹੋ ਤਾਂ ਆਪਾਂ ਤੁਹਾਨੂੰ ਦੱਸ ਦਈਏ ਜੀ, ਜਾਂ ਜੇ ਤੁਸੀਂ ਇਹ ਵਾਲੀ ਵੀਡੀਓ ਦੇਖ ਰਹੇ ਹੋ ਤਾਂ ਆਪਾਂ ਅਨੰਦਪੁਰ ਸਾਹਿਬ ਤੋਂ ਸ਼ੁਰੂ ਕੀਤਾ ਸੀਗਾ ਪਰਿਵਾਰ ਵਿਛੋੜਾ ਸਾਹਿਬ ਵੀ, ਜਿਵੇਂ ਤੁਸੀਂ ਇਸ ਵੀਡੀਓ ਵਿੱਚ ਦੇਖ ਲਿਆ। ਹੁਣ ਇੱਥੋਂ ਅਸੀਂ ਜਾਵਾਂਗੇ ਚਮਕੌਰ ਸਾਹਿਬ, ਚਮਕੌਰ ਸਾਹਿਬ ਤੋਂ ਬਾਅਦ ਆਪਾਂ ਜਾਵਾਂਗੇ ਜੀ ਕੋਤਵਾਲੀ ਸਾਹਿਬ, ਕੋਤਵਾਲੀ ਸਾਹਿਬ ਤੋਂ ਬਾਅਦ ਅਸੀਂ ਜਾਵਾਂਗੇ ਜੀ ਗੁਰਦੁਆਰਾ ਫਤਿਹਗੜ੍ਹ ਸਾਹਿਬ, ਠੰਡਾ ਬੁਰਜ ਅਤੇ ਜੋਤੀ ਸਰੂਪ ਸਾਹਿਬ। ਆਹ ਸਾਡੇ ਪੂਰੇ ਗੁਰਦੁਆਰਾ ਸਾਹਿਬ ਰਹਿਣ ਵਾਲੇ ਨੇ, ਸਾਰਿਆਂ ਦੇ ਆਪਾਂ ਦਰਸ਼ਨ ਕਰਾਂਗੇ, ਨਾਲ ਤੁਹਾਨੂੰ ਦਰਸ਼ਨ ਕਰਾਵਾਂਗੇ। ਸੋ ਹੁਣ ਇਸ ਵੀਡੀਓ ਨੂੰ ਜੇ ਤੁਸੀਂ ਦੇਖ ਲਿਆ ਜੀ, ਅੱਗੇ ਸਾਰੇ ਸਫ਼ਰ ਸ਼ਹਾਦਤ ਦੀ ਸਾਰੀ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਵੀਡੀਓ ਨੂੰ ਲਾਈਕ ਕਰਕੇ ਸਾਡਾ ਯੂਟਿਊਬ ਚੈਨਲ ਵੀ ਸਬਸਕ੍ਰਾਈਬ ਕਰ ਲਿਓ। ਸੋ ਸੰਸਾਰ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।